ਸਾਧ ਸੰਗਤ ਜੀ, ਵੱਡੇ ਮਹਾਂਪੁਰਖ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਇੱਕ ਬਚਨ ਸੁਣਾਇਆ ਕਰਦੇ ਸਨ। ਉਹ ਕਿਹਾ ਕਰਦੇ ਸਨ, ਕਹਿੰਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਪੁਰਾਣੇ ਸਮਿਆਂ ਵਿੱਚ ਉੱਥੇ ਸੰਤ ਸੰਪੂਰਨ ਸਿੰਘ ਜੀ ਦੇ ਸਮੇਂ ਬੜੀ ਭਾਰੀ ਸੇਵਾ ਕਰਨ ਵਾਲੇ ਸਿੰਘ ਸਨ, ਪਰ ਉਹ ਆਪਣੇ ਗੁਜ਼ਾਰੇ ਮੁਆਫਕ ਥੋੜ੍ਹੀ ਬਹੁਤੀ ਸੇਵਾ ਗੁਰੂ ਕੀ ਗੋਲਕ ਦੇ ਵਿੱਚੋਂ ਲੈਂਦੇ, ਬਿਲਕੁਲ ਸਾਬਣ ਵਾਸਤੇ, ਤੇਲ ਵਾਸਤੇ ਜਾਂ ਭੁੱਜੇ ਛੋਲੇ ਖਾਣ ਵਾਸਤੇ, ਇਸ ਤੋਂ ਵੱਧ ਨਹੀਂ ਲੈਂਦੇ ਸਨ। ਬਾਕੀ ਸਾਰਾ ਦਿਨ ਤਖ਼ਤ ਸਾਹਿਬ ਜੀ ਦੀ ਸੇਵਾ ਕਰਨੀ। ਅਖੀਰਲੇ ਸਮੇਂ ਉਹਨਾਂ ਦੇ ਸਰੀਰ ਉੱਤੇ ਛਾਲੇ ਪੈ ਗਏ। ਸੰਗਤਾਂ ਦੇ ਵਿੱਚ ਬੜੀ ਹੈਰਾਨਗੀ ਹੋਈ। ਸੰਗਤਾਂ ਕਹਿਣ ਲੱਗੀਆਂ, ਦੇਖੋ ਸਾਰੀ ਉਮਰ ਇਹਨਾਂ ਨੇ ਸੇਵਾ ਕੀਤੀ, ਸਾਰੀ ਉਮਰ ਲੱਕ ਬੰਨ੍ਹ ਕੇ ਨਿਸ਼ਕਾਮ ਸੇਵਾ ਕੀਤੀ, ਕੋਈ ਤਨਖਾਹ ਨਹੀਂ ਲਈ, ਤੇ ਇਹਨਾਂ ਦੀ ਹਾਲਤ ਕਿਉਂ ਹੋਈ? ਜਦੋਂ ਸੰਗਤਾਂ ਵਿੱਚ ਸ਼ੰਕਾ ਹੋਈ ਨਾ, ਉਹਨਾਂ ਨੇ ਸੰਗਤ ਨੂੰ ਬੁਲਾ ਕੇ ਕਿਹਾ, ਕਹਿਣ ਲੱਗੇ, ਸੰਗਤ ਜੀ, ਭਾਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਮੇਰੇ ਤੋਂ ਨਿਸ਼ਕਾਮ ਸੇਵਾ ਲਈ ਅੱਠੇ ਪੈਰ, ਪਰ ਸੰਗਤਾਂ ਦੀ ਮਾਇਆ ਚੜ੍ਹਦੀ ਹੈ ਸਤਿਗੁਰੂ ਦੀ ਹਜ਼ੂਰੀ ਵਿੱਚ, ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਹੁੰਦੀਆਂ, ਕੋਈ ਮੇਰੇ ਵਰਗਾ ਇੱਕ ਰੁਪਈਆ ਚੜ੍ਹਾ ਕੇ 100 ਕਾਮਨਾ ਦੀ ਸੁੱਖਣਾ ਸੁੱਕਦਾ, 100 ਦੀ ਮਹਾਰਾਜ ਆਹ ਵੀ ਦੇ ਦਿਓ, ਆਹ ਵੀ ਦੇ ਦਿਓ, ਆਹ ਵੀ ਮਿਲ ਜੇ, ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਿਸ ਤੋਂ ਬਹੁਤਾ। ਕਹਿਣ ਲੱਗੇ, ਉਹ ਤਰ੍ਹਾਂ ਤਰ੍ਹਾਂ ਦੀਆਂ ਕਾਮਨਾਵਾਂ ਸਨ ਸੰਗਤ ਦੀਆਂ, ਇਸ ਕਰਕੇ ਉਹ ਮੈਂ ਗੁਜ਼ਾਰੇ ਮੁਆਫਕ 5-10 ਪੈਸੇ ਲੈਂਦਾ ਰਿਹਾ। ਉਦੋਂ ਸਸਤੇ ਸਮੇਂ ਸਨ, 5-10 ਪੈਸੇ ਲੈਂਦਾ ਮਹੀਨੇ 'ਚ, ਇੱਕ ਵਾਰੀ ਉਹਦਾ ਥੋੜ੍ਹਾ ਬਹੁਤਾ ਸਾਬਣ ਲੈ ਲੈਣਾ, ਛੋਲੇ ਲੈ ਕੇ ਭੁੰਨ ਕੇ ਖਾ ਲੈਣੇ। ਕਹਿੰਦੇ ਉਹਦਾ ਵੀ ਲੇਖਾ ਮਹਾਰਾਜ ਦੀ ਕਿਰਪਾ ਨਾਲ ਮੈਂ ਇੱਥੇ ਨਿਬੇੜ ਕੇ ਜਾਣਾ, ਉਹ ਸੱਚਖੰਡ ਨੂੰ ਨਾਲ ਨਹੀਂ ਲੈ ਕੇ ਜਾਣਾ, ਉਹ ਗੁਰੂ ਸਾਹਿਬ ਮੇਰਾ ਇੱਥੇ ਲੇਖਾ ਨਿਬੇੜ ਰਹੇ ਹੈ। ਇਹੋ ਜਿਹੇ ਗੁਰਸਿੱਖ ਜਿਨ੍ਹਾਂ ਨੇ ਗੁਰੂ ਕੀ ਮਾਇਆ ਦਾ ਇੰਨਾ ਭੈ ਰੱਖਿਆ, ਜਿਹੜੇ ਗੋਲਕਾਂ ਦੀਆਂ ਗੋਲਕਾਂ ਹੀ ਖਾਈ ਜਾਂਦੇ ਹੈ, ਉਹਨਾਂ ਦੇ ਕੀ ਬਣੇਗਾ ਸੰਗਤ ਜੀ, ਜਿਹੜੇ ਪਤਾ ਹੀ ਨਹੀਂ ਲੱਗਣ ਦਿੰਦੇ। ਸੋ ਇਸ ਕਰਕੇ ਭਾਈ, ਹੈ ਗੁਰੂ ਕੀ ਮਾਇਆ ਦੇ ਵਿੱਚ ਖਿਆਨਤ ਨਹੀਂ ਕਦੇ ਕਰਨੀ ਚਾਹੀਦੀ। ਇਹ ਮਾਇਆ ਪਤਾ, ਇਹ ਪਾਰੇ ਦੀ ਤਰ੍ਹਾਂ ਭਾਈ ਗੁਰਦਾਸ ਜੀ ਨੇ ਵਰਤਿਆ ਬਹੁਤ ਸੁੰਦਰ ਪ੍ਰਮਾਣ, ਪਰ ਪਾਰੇ ਨੂੰ ਜੋ ਸਿਆਣਾ ਹਕੀਮ ਮਾਰ ਲਵੇ ਨਾ, ਫਿਰ ਉਹ ਜ਼ਹਿਰ ਸਾਧ ਸੰਗਤ ਦੀ ਅੰਮ੍ਰਿਤ ਬਣ ਜਾਂਦੀ ਹੈ, ਵੱਡੇ ਵੱਡੇ ਰੋਗੀਆਂ ਦੇ ਰੋਗ, ਕਸ਼ਟ, ਬਿਮਾਰੀਆਂ ਕੱਟ ਦਿੰਦਾ। ਇਸੇ ਤਰ੍ਹਾਂ ਜਿਹੜੀ ਗੁਰੂ ਕੀ ਗੋਲਕ ਵਿੱਚ ਮਾਇਆ, ਇਸ ਨੂੰ ਲੰਗਰਾਂ ਵਿੱਚ ਲਾਵੇ, ਸੰਗਤ ਨੂੰ ਲੰਗਰ ਛਕਾਵੇ, ਗੁਰੂ ਕੀਆਂ ਇਮਾਰਤਾਂ ਦੀ ਸੇਵਾ ਕਰੇ, ਲੋੜਵੰਦਾਂ ਦੀ ਸੇਵਾ ਕਰੇ। ਇਉਂ ਭਾਈ ਜਿੰਨਾ ਕੁ ਸੰਗਤ ਛਕੇ, ਸੰਗਤ ਦੇ ਨਾਲ ਵਰਤਾਵਾ ਲੈ ਕੇ ਛਕ ਲਵੇ, ਇਉਂ ਲਾਲਚ ਨਾ ਕਰੇ, ਲੋਭ ਨਾ ਕਰੇ, ਫਿਰ ਸਾਧ ਸੰਗਤ ਜੀ ਮਹਾਰਾਜ ਜੀ ਦੀ ਕਿਰਪਾ ਰਹਿੰਦੀ ਹੈ। ਜੇ ਵੀ ਗੁਰੂ ਕੀ ਗੋਲਕ ਵਿੱਚ ਅਮਾਨਤ ਵਿੱਚ ਖਿਆਨਤ ਕਰੇਗਾ, ਫਿਰ ਤਾਂ ਟੇਢੀਆਂ ਜੂਨਾਂ ਵਿੱਚ ਵੀ ਅਤੇ ਰੋਗ ਸੋਗ ਵੀ ਲੱਗਣਗੇ, ਫਿਰ ਛੁਟਕਾਰਾ ਨਹੀਂ ਹੋ ਸਕਦਾ ਕਦੇ ਵਾਸਤੇ ਵੀ। ਇਸ ਕਰਕੇ ਮਹਾਰਾਜ ਜੀ ਦੇ ਇਸ ਪ੍ਰਸੰਗ ਤੋਂ ਦੋ ਸਿੱਖਿਆਵਾਂ ਲੈਣੀਆਂ ਕਿ ਇੱਕ ਗੁਰੂ ਕੀ ਮਾਇਆ ਦੀ ਇਮਾਨਦਾਰੀ ਨਾਲ ਔਰ ਬੜੀ ਭੈ ਭਾਵਨਾ ਵਿੱਚ ਖਿਆਨਤ ਨਹੀਂ ਕਰਨੀ, ਸੇਵਾ ਕਰਨੀ, ਦੂਜੀ ਗੁਰੂ ਸਾਹਿਬ ਉੱਤੇ ਸ਼ਰਧਾ ਰੱਖਣੀ ਔਰ ਹਮੇਸ਼ਾ ਵਾਸਤੇ
ਕਿ ਗੁਰੂ ਸਾਹਿਬ ਜੀ ਦੇ ਦਰ ਤੇ ਨਿਭ ਕੇ ਝੁੱਕ ਕੇ ਨਿਮਰਤਾ ਨਾਲ ਸੇਵਾ ਕਰਨੀ, ਭਾਵਨਾ ਨਾਲ ਸੇਵਾ ਕਰਨੀ। ਤੀਸਰਾ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਉੱਤੇ ਸ਼ਰਧਾ ਰੱਖਣੀ।